ਸਾਹਿਬਾਂ ਦੇ ਦਰਬਾਰ ਦੇ ਹਾਲਾਤ ਸੁਣ ਕੇ ਬਾਬਾ ਜੀ ਦੇ ਡੋਲੇ ਫਰਕੇ ਨੇ ਧੂ ਕੇ ਫਲਾਦੀ ਦੁਤਾਰਾ ਖੰਡਾ ਖਲੋ ਕੇ ਸਟੇਜ ਤੇ ਮਰਜੀਵੜੇ ਸਿੰਘਾਂ ਨੂੰ ਲਲਕਾ ਕੇ ਬਾਬਾ ਜੀ ਨੇ ਕਿਹਾ, ਉਹਨੇ ਕਿਹਾ ਮੈਂ ਜਾ ਰਿਹਾ, ਜਿਹਨੇ ਆਉਣਾ ਉਹ ਆਪਣਾ ਸਿਰ ਤਲੀ ਉੱਤੇ ਰੱਖ ਕੇ ਫਿਰ ਮੈਦਾਨੇ ਜੰਗ ਵਿੱਚ ਕੁਰਬਾਨੀ ਕਰਨ ਵਾਸਤੇ ਆਵੇ। ਸਿੰਘਾਂ ਦੀ ਗਿਣਤੀ 5000 ਹੈ। ਮਾਲਵੇ ਦੀ ਧਰਤੀ ਸਾਬੋ ਦੀ ਤਲਵੰਡੀ ਤੇ ਚੱਲੇ ਨੇ ਸਿੰਘ, ਮੰਜ਼ਲਾਂ ਨੂੰ ਤੈਅ ਕਰਕੇ ਖੇਮ ਕਰਨ ਪਹੁੰਚੇ ਨੇ। 3 ਦਿਨ ਬਾਬਾ ਜੀ ਖੇਮ ਕਰਨ ਰਹੇ ਨੇ। ਇਸ ਤੋਂ ਬਾਅਦ ਬਾਬਾ ਜੀ ਨੇ ਆਪਣੇ ਸਮੇਤ ਸਿੰਘਾਂ ਦੇ ਪੂਰੇ ਮਾਝੇ ਵਿੱਚੋਂ, ਦੁਆਬੇ ਵਿੱਚੋਂ ਔਰ ਮਾਲਵੇ ਦੀ ਧਰਤੀ ਵਿੱਚੋਂ ਸਿੰਘਾਂ ਨੂੰ ਇਕੱਠਿਆਂ ਕੀਤਾ, ਜਿਨ੍ਹਾਂ ਦੀ ਗਿਣਤੀ 10000 ਹੈ। ਸ੍ਰੀ ਤਰਨ ਤਾਰਨ ਸਾਹਿਬ ਪਹੁੰਚੇ ਨੇ। ਰਾਤ ਸਿੰਘਾਂ ਨੇ ਬਤੀਤ ਕੀਤੀ ਹੈ, ਦਿਨ ਚੜ੍ਹਿਆ। ਅੰਮ੍ਰਿਤ ਵੇਲੇ ਸਿੰਘਾਂ ਨੇ ਗੁਰਦੇਵ ਦੇ ਪਾਵਨ ਸਰੋਵਰ ਚੋਂ ਇਸ਼ਨਾਨ ਕੀਤੇ ਨੇ। ਸਿੰਘਾਂ ਨੇ ਨਿਤਨੇਮ ਦੀਆਂ ਬਾਣੀਆਂ ਪੜੀਆਂ ਨੇ। ਬਾਣੀਆਂ ਪੜਨ ਤੋਂ ਬਾਅਦ 10000 ਸਿੰਘਾਂ ਨੂੰ ਨਾਲ ਲੈ ਕੇ ਕੌਮ ਦਾ ਜਥੇਦਾਰ ਅੱਜ ਗੁਰਦੇਵ ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਖੜਾ ਹੈ। ਉਹਨੇ ਪਾਇਆ ਗਲੇ 'ਚ ਪੱਲਾ, ਜੋੜ ਕੇ ਦੋਵੇਂ ਹੱਥ, ਆਪਣੀ ਜ਼ਿੰਦਗੀ ਦੀ ਅੰਤਮ ਅਰਦਾਸ ਬਾਬਾ ਦੀਪ ਸਿੰਘ ਜੀ ਤਰਨ ਤਾਰਨ ਸਾਹਿਬ ਜੀ ਦੀ ਪਾਵਨ ਧਰਤੀ ਵਿੱਚ ਇੰਜ ਕਰ ਰਹੇ ਨੇ।